ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਠੀਕ ਹੀ ਹੋਵੋਗੇ। ਅੰਗਰੇਜ਼, ਲਵ ਪੰਜਾਬ, ਬੰਬੂ ਘਾਟ, ਵੇਖ ਬਰਾਤਾਂ ਚੱਲੀਆਂ ਅਤੇ ਆਸ਼ਕੇ ਵਰਗੀਆਂ ਫਿਲਮਾਂ ਬਣਾ ਚੁੱਕੇ ਪ੍ਰੋਡਕਸ਼ਨ ਹਾਊਸ ਰਿਦਮ ਬੋਇਜ਼ ਐਂਟਰਟੇਨਮੈਂਟ ਨੇ ਪਿਛਲੇ ਸਾਲ ਪੰਜਾਬੀ ਸਿਨੇਮਾ ਦੇ ਫੈਨਸ ਲਈ ਫਿਲਮ ਚੱਲ ਮੇਰਾ ਪੁੱਤ ਦੇ ਰੂਪ ਵਿੱਚ ਪੰਜਾਬੀ ਸਿਨੇਮਾ ਦੇ ਫੈਨਸ ਨੂੰ ਇੱਕ ਤੋਹਫ਼ਾ ਦਿੱਤਾ ਸੀ ਅਤੇ ਉਹਨਾਂ ਦਾ ਇਹ ਤੋਹਫ਼ਾ ਪੰਜਾਬੀ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਅਤੇ ਹੁਣ ਚੱਲ ਮੇਰਾ ਪੁੱਤ ਦੀ ਗ੍ਰੈਂਡ ਸਕਸੈਸ ਨੂੰ ਦੇਖਦੇ ਹੋਏ ਰਿਦਮ ਬੋਇਜ਼ ਐਂਟਰਟੇਨਮੈਂਟ ਲੈ ਕੇ ਆ ਰਹੇ ਨੇ ਫੈਨਸ ਦੇ ਲਈ ਫਿਰ ਇੱਕ ਵਾਰ ਚੱਲ ਮੇਰਾ ਪੁੱਤ 2। ਰਿਦਮ ਬੋਇਜ਼ ਐਂਟਰਟੇਨਮੈਂਟ ਦੇ ਨਾਲ ਪਿਛਲੀ ਵਾਰ ਦੀ ਤਰ੍ਹਾਂ ਓਮਜੀ ਸਟਾਰ ਸਟੂਡੀਓਜ਼ ਵੀ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ। ਮਜ਼ੇ ਦੀ ਗੱਲ ਇਹ ਹੈ ਕਿ ਅਮਰਿੰਦਰ ਗਿੱਲ ਤਾਂ ਮੇਨ ਲੀਡ 'ਤੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਹੀ, ਲੇਕਿਨ ਅਮਰਿੰਦਰ ਗਿੱਲ ਦੇ ਨਾਲ ਇਸ ਫਿਲਮ ਵਿੱਚ ਇੱਕ ਹੋਰ ਪੰਜਾਬੀ ਸੁਪਰ ਸਟਾਰ ਗੈਰੀ ਸੰਧੂ ਵੀ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਵਿੱਚ ਆਪਣਾ ਕਮਬੈਕ ਕਰਦੇ ਨਜ਼ਰ ਆਉਣਗੇ। ਅਮਰਿੰਦਰ ਗਿੱਲ ਅਤੇ ਗੈਰੀ ਸੰਧੂ ਤੋਂ ਇਲਾਵਾ ਫੀਮੇਲ ਲੀਡ 'ਤੇ ਨਜ਼ਰ ਆਉਣਗੇ ਸਿੰਮੀ ਚਹਿਲ ਅਤੇ ਨਾਲ ਹੀ ਪਿਛਲੀ ਵਾਰ ਦੀ ਤਰ੍ਹਾਂ ਪਾਕਿਸਤਾਨ ਤੋਂ ਇਫਤਿਖਾਰ ਠਾਕੁਰ, ਨਾਸਿਰ ਚਿਨਯੋਟੀ ਅਤੇ ਅਕਰਮ ਉਦਾਸ ਵੀ ਨਜ਼ਰ ਆਉਣਗੇ। ਇਹਨਾਂ ਦੇ ਇਲਾਵਾ ਪਾਕਿਸਤਾਨ ਤੋਂ ਹੀ ਜ਼ਫਰੀ ਖਾਨ ਅਤੇ ਰੂਬੀ ਅਨਮ ਦਾ ਇਸ ਫਿਲਮ ਦੇ ਵਿੱਚ ਇਜ਼ਾਫਾ ਹੋਇਆ ਹੈ। ਇਹਨਾਂ ਦੇ ਨਾਲ ਨਾਲ ਗੁਰਸ਼ਬਦ, ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਜੀ ਵੀ ਚੱਲ ਮੇਰਾ ਪੁੱਤ 2 ਦੇ ਵਿੱਚ ਨਜ਼ਰ ਆਉਣਗੇ। ਚੱਲ ਮੇਰਾ ਪੁੱਤ 2 ਨੂੰ ਡਾਇਰੈਕਟ ਕਰ ਰਹੇ ਨੇ ਪਿਛਲੀ ਵਾਰ ਦੀ ਤਰ੍ਹਾਂ ਡਾਇਰੈਕਟਰ ਜਨਜੋਤ ਸਿੰਘ, ਜਿਨ੍ਹਾਂ ਦੇ ਕੰਮ ਦੀ ਚੱਲ ਮੇਰਾ ਪੁੱਤ ਤੋਂ ਬਾਅਦ ਬਹੁਤ ਜ਼ਿਆਦਾ ਤਾਰੀਫ ਹੋਈ ਸੀ। ਅਤੇ ਇਸ ਫਿਲਮ ਦਾ ਮਿਊਜ਼ਿਕ ਕੰਪੋਜ਼ ਕਰ ਰਹੇ ਨੇ ਡਾਕਟਰ ਜ਼ੂਸ। ਇਹ ਫਿਲਮ ਰਿਲੀਜ਼ ਹੋਏਗੀ ਮਾਰਚ ਦੇ ਮਹੀਨੇ ਵਿੱਚ 13 ਮਾਰਚ ਨੂੰ ਅਤੇ ਫਿਲਮ ਦਾ ਟ੍ਰੇਲਰ ਬਹੁਤ ਹੀ ਜਲਦ ਰਿਲੀਜ਼ ਹੋਣ ਵਾਲਾ ਹੈ। ਫਿਲਮ ਦੀ ਸ਼ੂਟਿੰਗ ਇੰਗਲੈਂਡ ਅਤੇ ਬਰਮਿੰਗਮ ਸ਼ਹਿਰ ਦੇ ਵਿੱਚ ਕੀਤੀ ਗਈ ਹੈ ਅਤੇ ਫਿਲਮ ਮਾਰਚ ਦੇ ਮਹੀਨੇ ਵਿੱਚ ਰਿਲੀਜ਼ ਹੋਏਗੀ। ਰਿਦਮ ਬੋਇਜ਼ ਦੀ ਇੱਕ ਹੋਰ ਫਿਲਮ ਜੋੜੀ ਵੀ ਜੂਨ ਦੇ ਮਹੀਨੇ ਦੇ ਵਿੱਚ ਰਿਲੀਜ਼ ਹੋਏਗੀ, ਜਿਹਦੇ ਵਿੱਚ ਦਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨਜ਼ਰ ਆਉਣਗੇ। ਜੇ ਤੁਸੀਂ ਵੀ ਐਕਸਾਈਟਡ ਹੋ ਤਾਂ ਸਾਨੂੰ ਸਾਡੀ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਫਿਲਮ ਦੀਆਂ ਹੋਰ ਅਪਡੇਟਸ ਲਈ ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਖਬਰਾਂ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।